ਨਾਲ ਹੀ ਦਰਸ਼ਕ ਵੀਰਾਂ ਲਈ ਮੇਰੇ ਵੀਡੀਓ ਬਣਾ ਕੱਢੇ ਜਾਣੇ ਹੈ। ਬਦਰਾ ਬਦਰੇ ਦੀ ਟੀਮ ਆ ਰਹੀ ਜੀ, ਬਦਰਾ ਮਈਆਂ ਵਾਲੇ ਦੀ ਟੀਮ ਆ ਗਈ ਹੈ, ਬਦਰੇ ਦੀ ਟੀਮ। ਇੰਡੀਆ ਫੋਟੋ ਫੰਡੇ ਮੇਰੇ ਵੀਰੋ, ਕਰਤਾ ਧਰਤਾ ਸੂਰਜ ਸਿੰਘ ਜੀ ਚੱਠਾ ਸਾਹਿਬ ਪੁੱਜੇ ਆ, ਲੱਕੀ ਕਰਾਰੀ ਜੀ ਫੇਰਨਾ ਜਿੰਨਾ ਉਧਰ ਸਰਦਾਰ ਸੁਰਜਿੰਦਰ ਸਿੰਘ ਜੀ ਚੱਠਾ ਸਾਹਿਬ ਤੇ ਸੁਖਵਿੰਦਰ ਸਿੰਘ ਜੀ ਸੁੱਖੀ ਗੋਦ ਭਾਗੀ ਗਏ। ਕੋਟਲੀ ਥਾਨ ਸਿੰਘ ਜਲੰਧਰ ਦੀ ਟੀਮ ਦੇ ਲਈ ਧੂੜ ਕੋਟੀ ਗੋਪੀ ਨੇ ਕਹਿੰਦੇ ਕੋਚ ਸਾਹਿਬ ਜੀ ਉਹਨਾਂ ਦੀ ਟੀਮ ਦੇ ਲਈ ਦੁਨੀਆਂ ਦੇ ਵਿੱਚ ਪਹਿਲ ਕੰਮ ਜਾਗੇ ਰੱਖਿਆ ਮੇਰੀ ਵੀਰੋ। ਔਰ ਅੱਜ ਮਾਣ ਹੈ ਇਹਨਾਂ ਸ਼ਿਖਰਤਾਂ ਦੇ ਉੱਪਰ, ਧੂੜ ਕੋਟੀ ਗੋਪੀ ਤੇ ਉਹਨਾਂ ਦੇ ਕੋਚ ਸਾਹਿਬ ਸਾਡੇ ਦਰਮਿਆਨ ਹੈ ਤੇ ਬਦਰੇ ਦੀ ਟੀਮ ਖੇਡ ਮੈਦਾਨ ਦੇ ਵਿੱਚ ਆਵੇ। ਬਦਰਾ ਨਿਆਲ ਸਿੰਘ ਵਾਲੇ ਦੀ ਧਰਤੀ ਹੈ, ਅਨਸਰੇ ਦੇ ਮੈਚ ਖੇਡੇ ਜਾਣੇ ਹੈ। ਪੰਜਾਬੀਆਂ ਦਾ ਸੁਲੱਖਣ ਸਿੰਘ ਜੈਰੋ ਚੈਪ ਚ ਪੁੱਜਣਾ ਜਲਾਲਪੁਰੀਏ ਪਾਲੇ ਦੀਆਂ ਗੱਲਾਂ। ਬਦਰੇ ਦੀ ਟੀਮ ਬਿਨਾਂ ਕਹੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਆਵੇ। ਉਧਰ ਸੁੱਖਾ ਬਾਉਂਸਰ ਗਰੁੱਪ ਦਾ ਵੀ ਧੰਨਵਾਦ ਕਰਦੇ ਹੈ। ਇੱਕ ਇੱਕ ਰੇਡ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਦਿਖਾਈ ਜਾਣੀ ਹੈ ਮੇਰੇ ਵੀਰੋ, ਜਿਹੜੇ ਮੈਚਾਂ ਦਾ ਆਨੰਦ ਮਾਣ ਸਕਦੇ ਆ। ਮਈਆਂ ਬਾਰਾਂ ਤੇ ਬਦਰੇ ਦੀ ਟੀਮ ਆਵੇ ਮੇਰੇ ਵੀਰੋ, ਮਈਆਂ ਬਾਰਾਂ ਤੇ ਬਦਰਾ। ਮੈਂ ਵੀ ਬਸੰਤ ਮੇਲੇ ਦਾ ਬਹੁਤ ਆਇਆ, ਪਹਿਲਾਂ ਮੈਚ ਤੋਂ ਵਾਈਟੀਆਂ ਨਹੀਂ ਦੇਖੀਆਂ। ਬੱਜਣ ਵੀ ਕਿਉਂ ਨਾ ਜੈਰੋ ਚੈਬ ਜਾਣਾ, ਜਿਹੜੇ ਜੈਰੋ ਚੈਬ ਜੀ ਪਿਆਰ ਕਰਦੇ ਤਾੜੀਆਂ ਮਾਰੋ ਵੀਰੋ, ਇਹ ਤਾੜੀਆਂ ਨੱਚਦੀ ਆ ਦੁਨੀਆਂ। ਵਧਾਈ ਦੀ ਪਾਤਰ ਆ ਗੁਰਜੀਤ ਪਾਤਰੇ ਨਾਲ ਮੈਡਮ ਤੇ ਸਾਡੇ ਮਾਨ ਵਾਂਗਲਾ ਜਸਪਾਲ ਸਿੰਘ ਜੀ ਬਿਲਾਸਪੁਰ ਵਾਲੇ ਜਿਨ੍ਹਾਂ ਨੇ ਵੱਡੇ ਯੋਗਦਾਨ ਬਖਸ਼ਿਆ, ਸਰਪੰਚ ਬਾਰੇਵਾਲ ਜੀ ਤੇ ਉਹ ਸਾਡੇ ਦਰਮਿਆਨ ਪੁੱਜੇ ਆ ਗੁਰਜੀਤ ਬਾਰੇਵਾਲੀ ਆ, ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮਾਨਯੋਗ ਸ਼ਖਸੀਅਤਾਂ ਰੂਪਾਲ ਮਿੱਤਲ ਜੀ ਵੀ ਸਾਡੇ ਦਰਮਿਆਨ ਇੰਟਰੋਡਕਸ਼ਨ ਕਰ ਰਹੇ ਨੇ ਖਿਡਾਰੀਆਂ ਦੇ ਨਾਲ। ਹਰੀ ਸਿੰਘ ਜੀ ਖਾਈ ਤੇ ਪ੍ਰਧਾਨ ਇੰਦਰਜੀਤ ਗਰਗ ਜੌਲੀ ਜੀ, ਸਵਰਨ ਰਾਉਕੇ ਚੌਧਰੀ, ਗੁਰਪ੍ਰੀਤ ਬਾਰੇਵਾਲ ਸਰਪੰਚ ਬਾਰੇਵਾਲ, ਨੇਕ ਬਰਾੜ ਜੀ ਤੇ ਜਗਪਾਲ ਸਾਡਾ ਵੀਰ ਦਾਦਰ ਤੇ ਧੂੜ ਧੰਨਵਾਦ ਹੈ ਨਿੱਕਾ ਜੀਆਂ ਨੂੰ ਕਿ ਹਨੇਰੀਆਂ ਵੀ ਅੱਗੇ ਚਲੀਆਂ ਜਾਂਦੀਆਂ ਨੇ, ਤੂਫਾਨ ਵੀ ਆ ਕੇ ਚਲੇ ਜਾਂਦੇ ਨੇ, ਯਾਦਾਂ ਹੀ ਰਹਿ ਜਾਂਦੀਆਂ ਨੇ, ਇਨਸਾਨ ਵੀ ਆ ਕੇ ਚਲੇ ਜਾਂਦੇ ਨੇ। ਮੈਡਮ ਕਿਰਨ ਇੰਸਪੈਕਟਰ ਜੀ ਜਗਰਾਓ, ਅਸੀਂ ਇਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਬੱਡੀ ਖੇਡੀ ਵੀ ਹੈ ਤੇ ਕਬੱਡੀ ਖਿਡਾ ਵੀ ਰਹੇ ਹੈ ਮੇਰੇ ਵੀਰੋ। 15,000 ਰੁਪਏ ਦੇ ਵੱਡੇ ਯੋਗਦਾਨ ਵੀ ਕੁਝ ਨੇ ਕੀਤੇ ਆ। ਸਰਦਾਰ ਹਰੀ ਸਿੰਘ ਤਗੜੇ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ, ਬਹੁਤ ਬਹੁਤ ਧੰਨਵਾਦ ਹੈ ਸਾਡੇ ਜੋਤੀ ਬਾਈ ਦਾ ਵੀ, ਬਹੁਤ ਵੱਡੀਆਂ ਜ਼ਿੰਮੇਵਾਰੀਆਂ। ਭਗਤ ਸਿੰਘ ਲੜਕੀ, ਇਸ ਲੜਕੀ ਨੂੰ ਜੱਫਾ ਲਾ ਪਾਵੇਗੀ ਕਿ ਮੈਨੂੰ ਕੁੱਖ ਚ ਨਾ ਕਤਲ ਕਰਾ, ਨੀਮ ਆਏ ਮੇਰੀਏ, ਨੀਮ ਆਏ ਮੇਰੀਏ, ਮੈਨੂੰ ਜੱਗ ਵੇਖਣ ਦਾ ਚਾਹ, ਨੀਮ ਆਏ ਮੇਰੀਏ। ਹਰਿਆਣਾ ਸਟੇਟ ਦੇ ਵਿੱਚ ਆਫੀਏ ਟੱਕਰ ਪੰਜਾਬ ਦੇ ਨਾਲ।
ਲੱਗਿਆ ਵੀ ਜੋਰ ਦੋ ਦੇ ਖਿਡਾਰਾਂ ਦੇ ਦਰਮਿਆਨ ਇੱਕ ਪੁਆਇੰਟ ਦੇ ਲਈ ਦੋ ਖਿਡਾਰਾਂ ਜੂਝ ਰਹੀਆਂ, ਪਰ ਫੈਸਲਾ ਕੀ ਹੋਵੇਗਾ ਮੇਰੇ ਵੀਰੋ? ਗੱਲ ਸਮੇਂ ਦੀ ਹੈ, ਗੱਲ ਸਮੇਂ ਦੀ ਹੈ। ਜਸਪਾਲ ਬਿਲਾਸਪੁਰ ਦੋਵੇਂ ਟੀਮਾਂ ਦੇ ਲਈ ਮਾਣ ਕਰ ਰਹੇ ਆ। ਬਾਰੇ ਬਾਰੀ ਗੁਰਪ੍ਰੀਤ ਧੂਰ ਗੋਡੀਆ ਜੈਲਾ ਉਹ ਨਜ਼ਾਰਾ ਵੱਖਰਾ ਤੇ ਰਾਜਾ ਬਾਈ ਕਹਿੰਦਾ 19 ਤਰੀਕ ਨੂੰ ਲਾਲ ਬਾਈ ਦੇ ਵਿੱਚ ਦੀ ਕਬੱਡੀਆਂ ਪਹਿਣੀ ਹੈ ਤੇ ਕੱਲ ਚੰਨਣਵਾਲ ਦੇ ਵਿੱਚ ਨਰੋਲ ਪਿੰਡ ਵਾਲ ਹੋਣੀ ਹੈ। ਹਰ ਇੱਕ ਦਾ ਚਹੇਤਾ ਖਿਡਾਰੀ ਨੇ ਵੀਰ, ਬੜਾ ਇੰਤਜ਼ਾਰ ਸੀ ਵੀ ਜੈਲੇ ਫੜਾ ਦਾ ਮੇਲਾ ਕਦੋਂ ਆਊਗਾ, ਜੋਨੀ ਫੜਾ ਦਾ ਮੇਲਾ ਕਦੋਂ ਆਊਗਾ, ਤੇ ਕੱਲ 19 ਤਰੀਕ ਹੈ। ਜੋਨੀ ਬਾਈ ਥੋੜੀ ਫੁੱਲੇ ਨੀ ਸਮਾਉਂਦੇ ਵੀ ਕੱਲ ਉਹ ਦੁਨੀਆਂ ਦੇ ਵੱਡੇ ਮੱਲ ਖੇਡਣਗੇ। ਉਹ ਫਰੇਰੇ ਦੇ ਬੱਚੇ ਬੱਲੇ 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 ਤੇ ਇਸ ਵੇਲੇ ਅਗਲੀ ਰੇਡ ਹਰਿਆਣੇ ਦੀ ਟੀਮ ਤਰਫੋਂ ਪੈ ਗਈ ਹੈ ਕਿ ਜਦ ਤੋਂ ਜੰਮੀ ਸਾਰੇ ਕਹਿਣ ਪਰਾਈ ਹੈ ਧੀਏ, ਸਾਰੇ ਘਰ ਵਿੱਚ ਮੈਚ ਅਗਲੇ ਬੋਲ ਤੋਂ ਬਈ ਮੈਚ ਰੈਸਟ ਪਹੁੰਚਦੇ ਕਰੋ ਬਾਈ ਜੀ, ਇੱਥੋਂ ਕਿੱਥੋਂ ਬੋਲ ਗਏ। ਜਦ ਤੂੰ ਜੰਮੀ ਸਾਰੇ ਕਹਿਣ ਪਰਾਈ ਏ ਧੀਏ, ਸਾਰੇ ਘਰ ਵਿੱਚ ਕਹਿਣ ਬਗਾਨੀ ਜਾਈ ਏ ਧੀਏ, ਕਿਹੜੇ ਘਰ ਦੀ ਅੱਖਾਂ ਤੈਨੂੰ ਕੀ ਸਤਿਕਾਰ ਦਿਆ, ਆਪਣੇ ਹਿੱਸੇ ਜੀ ਦੁਨੀਆ ਮੈਂ ਤੈਥੋਂ ਵਾਰ ਦਿਆ, ਕੁੜੀਏ ਕਿਸਮਤ ਕੁੜੀਏ ਤੈਨੂੰ ਕੀ ਸਤਿਕਾਰ ਦਿਆ। ਪਹਿਲੇ ਦਿਨ ਵੀ ਬਹੁਤ ਆ ਕੱਠ, ਪਹਿਲੇ ਦਿਨ ਵੀ ਬਹੁਤ ਆ, ਪੰਜਾਬੀ ਪਿਆਰ ਕਰਦੇ ਆ ਸਾਡੀ ਇਹ ਮਾਂ ਖੇਡ ਕਬੱਡੀ ਨੂੰ। ਪਰ ਇਹਦਾ ਬੱਚੀਏ ਦਾ ਮੈਚ ਚੋਟੀ ਦਾ ਚੱਲ ਰਿਹਾ ਮੇਰੇ ਵੀਰ। ਹੁਣ ਚਾਰ ਖਿਡਾਰੀ ਤਿਆਰ ਹੈ, ਚਾਰਾਂ ਦੇ ਵਿੱਚੋਂ ਕੌਣ ਖਿਡਾਰਨ ਦੀ ਕੋਸ਼ਿਸ਼ ਕਰਦੀ ਹੈ, ਚਾਰਾਂ ਦੇ ਵਿੱਚੋਂ ਕੌਣ ਬਣ ਕੇ ਅਫਲ ਹੁੰਦੀ ਹੈ। ਅੱਕ ਪੰਜਾਬ ਦਾ, ਅੱਕ ਪੰਜਾਬ ਦਾ, ਅੱਕ ਪੰਜਾਬ ਦਾ। ਖਾਰਾ ਦੇ ਮੌੜ ਨਾਭਾ ਇਹ ਸਾਰੀਆਂ ਟੀਮਾਂ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਨਾਲ ਅੱਗੇ ਜੁੜ ਜਾਣਗੀਆਂ। ਪਈ ਹੋਈ ਰੇਡ ਤੇ ਗੱਲ ਤਾਰੀ ਕਰੇਗਾ ਲਓ ਪੰਜਾਬ ਦੀ ਬੱਚੀ ਇੱਕ ਹੋਰ ਅੰਕ ਆਪਣੀ ਟੀਮ ਦੇ ਲਈ ਜੋੜਦੀ। ਤਾਰੇ ਦੱਬ ਕੇ ਉਹਦਾ ਕਰਦੇ ਆ, ਪੰਜਾਬ ਦੇ ਅੰਕ ਨੇ 14.5 ਤੇ ਹਰਿਆਣਾ ਦੇ ਤੇ ਸੈਕਿੰਡ ਹਰਿਆਣਾ ਭਿੰਡਰਾ ਤੇ ਨਾਗਲੇ ਦੀ ਟੀਮ ਸੈਂਟਰ ਲੈ ਕੇ ਆ ਰਹੇ ਨੇ। ਪੰਜਾਬ ਦੀ ਟੀਮ ਲੜਕਿਆਂ ਦੀ ਟੀਮ ਫਸ ਰਹੀ ਹੈ। ਪ੍ਰਧਾਨ ਇੰਦਰਜੀਤ ਗਰਗ ਜੌਲੀ ਜੀ, ਗੁਰਪ੍ਰੀਤ ਬਾਰੇਵਾਲ, ਸਰਦਾਰ ਹਰੀ ਸਿੰਘ ਜੀ ਖਾਈ, ਕੋਚ ਸਾਹਿਬ ਜੀ ਤੇ ਨਾਲ ਦਾ ਲੈਪਟਾਪ ਦੇ ਨਾਲ ਮਾਣ ਕਰਨਾ, ਇਹ ਮਹਿੰਗੇ ਲੈਪਟਾਪ ਨਾਲ ਸਨਮਾਨ ਹੋਣਾ ਹੈ। ਸਾਡੇ ਦਰਮਿਆਨ ਪੱਤਰਕਾਰ ਸਾਡੇ ਵੀਰ ਜਿੰਨੇ ਪੁੱਜੇ, ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਕੋਟ ਕੋਟ ਧੰਨਵਾਦ ਕਰਦਾ। ਗੁਰਪ੍ਰੀਤ ਸਿੰਘ ਜੀ ਮਾਣੂਕੇ, ਸਰਜੀਤ ਸਿੰਘ ਜੀ ਗਾਲਾ, ਪਰਵਿੰਦਰ ਸਿੰਘ ਜੀ ਟਵਾਣਾ ਤੇ ਸੁਖਦੇਵ ਸਿੰਘ ਜੀ ਖਾਲਸਾ, ਅਜੀਤ, ਜਗਬਾਣੀ, ਵੱਖ ਵੱਖ ਪੰਨਿਆਂ ਤੋਂ, ਵੱਖ ਵੱਖ ਨਿਊਜ਼ ਪੇਪਰਾਂ ਤੋਂ ਦੁਨੀਆਂ ਦੇ ਵੱਡੇ ਮਨ ਮੇਰੇ ਵੀਰ। ਮੈਂ ਭਾਈ ਰੁਪੇ ਦੇ ਨਾਲ ਤੇ ਕਹਿੰਦੇ ਅੱਜ ਦੇ ਮੇਲੇ ਤੇ ਅੰਮ੍ਰਿਤਪਾਲ ਸ਼੍ਰੀ ਆ ਗਿਆ ਦਰਸ਼ਨ ਜੀ ਬਿਲਕੁਲ ਧੰਨਵਾਦ ਮੰਨੀ ਭਾਮੀ ਇਸ ਇੰਡੀਆ ਤੇ ਪ੍ਰਾਣ ਪੱਕੇ ਉਹਨਾਂ ਨੇ ਕਹਿੰਦੇ ਅੱਜ ਵੱਡੇ ਮੇਲੇ ਤੇ ਵੀਰ ਸਰਾਵਾ ਪਰਵਾ ਉਹਨਾਂ ਨੇ ਭਾਵੇਂ ਨੇ ਵਾਦਾ ਹੈ ਨਾ ਸਰਾਵਾ ਵਾਲੇ ਅਮਨ ਨੇ ਕਬੱਡੀ ਪਾ ਦਿੱਤੀ ਹੈ, ਉਹ ਸੱਤੀ ਫਰੀ ਤਿਆਰ ਹੈ। ਚਾਰਾਂ ਦੇ ਵਿੱਚ ਇੱਕ ਹੋਰ ਗੱਲ ਕੋਸ਼ਿਸ਼ ਕਰਦਾ ਮੇਰੇ ਵੀਰ, ਇਹਨਾਂ ਚੋਟੀ ਦੇ ਖਿਡਾਰੀ ਹੈ। ਚੋਟੀ ਦਾ ਮੈਚ, ਚੋਟੀ ਦਾ ਮੈਚ, ਚੋਟੀ ਦਾ
ਜੇਤੂ ਟੀਮ ਰਾਜੂ ਦਿਨ ਮੈਂ ਦੀ ਹੈ ਸਾਡੇ ਵੀਰ ਨੋਟ ਕਰ ਲੈਣਗੇ ਹੁਣ ਮੈਚ ਭਾਈ ਰੂਪਾ ਤੇ ਜਲਾਲ ਇਹਦੀ ਇੰਤੀ ਮੰਦਰੇ ਆ ਨੋੜ ਫਿਰਮਾ ਮੰਡੀ ਦੀ ਟੀਮ ਜੇਤੂ ਹੈ ਜੀ ਨੋਟ ਕਰ ਲਿਓ ਫਿਰਮਾ ਮੰਡੀ ਦੀ ਟੀਮ ਜੇਤੂ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਜੋ ਹੁਣ ਕੇਅਰ ਕਰਦੇ ਬਹੁਤ ਬਹੁਤ ਧੰਨਵਾਦ।
ਇੰਦਰਜੀਤ ਜੀ ਸਾਡੇ ਪ੍ਰਧਾਨ ਅਕਾਲੀ ਦਲ ਜੀ ਜਿਨ੍ਹਾਂ ਨੇ ਉੱਦਮ ਕੀਤਾ ਆਪਣੇ ਪੱਧਰ ਤੇ ਤੇ ਸਟੇਡੀਅਮ ਨੂੰ ਇੰਨੀ ਸੋਹਣੀ ਦਿੱਖ ਦਿੱਤੀ ਹੈ। ਹਾਂਜੀ ਮਾਈਕ ਓਵਰ ਟੂ ਗਰਾਊਂਡ। ਮੈਚ ਖੇਡਿਆ ਜਾਣਾ ਭਾਈ ਰੂਪਾ ਤੇ ਜਲਾਲ ਰੇਡੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਦਾ ਧੰਨਵਾਦ ਹੈ। ਧੂਰਕੋਟ ਵਾਲੀ ਸਾਈਡ ਤੇ ਬਾਘੇ ਪੁਰਾਣੇ ਵਾਲੀ ਸਾਈਡ ਜਿਹੜੀ ਟੀਮ ਜਲਾਲ ਦੀ ਇਹ ਟੀਮ ਹੈ। ਆਹ ਵੇਖਾਂਗੇ ਕਹਿੰਦੇ ਭਾਈ ਰੂਪ ਚੰਦ ਦੀ ਧਰਤੀ ਜ਼ਿਲ੍ਹੇ ਬਠਿੰਡੇ ਦੀ ਧਰਤੀ ਹੈ। ਹੁਣ ਵੇਖਾਂਗੇ ਕੰਤੇ ਥੋੜੀ ਤਿਆਰ ਨੇ ਪਰ ਪੁਆਇੰਟ ਜਿਹੜਾ ਕਹਿੰਦੇ ਨੌਜਵਾਨ ਨੇ ਭਾਈ ਰੂਪਾ ਦੀ ਟੀਮ ਦੇ ਲਈ ਜੋੜ ਦਿੱਤਾ ਖੇਡ ਮੈਦਾਨ ਦੇ ਵਿੱਚ ਤੇ ਭਾਲੀ ਤੇ ਮੋਹਣਾ ਕਲੱਬ ਧੂਰਕੋਟ ਦੀਆਂ ਟੀਮਾਂ ਜਲਦੀ ਦੇ ਨਾਲ ਆਉਣਗੇ ਵੀ ਤਾਰੀ ਕਰ ਗੱਲ ਨਾ ਕਹਿੰਦੇ ਆ ਮੁੰਡੇ ਦਾ ਨਾਮ ਵੀ ਤਾਰੀ ਹੈ ਇਲਾਕਾ ਰਾਮਪੁਰੇ ਦਾ ਮੰਡੀ ਕਿਨਾਂ ਵਾਲੇ ਤਾਰੀ ਨੇ ਕਬੱਡੀ ਪਾਈ ਹੈ। ਨਾਲ ਹੀ ਮੇਰੀ ਬੇਨਤੀ ਹੈ ਦਰਬਾਰ ਗੱਜਣ ਵਾਲੀ ਹੈ ਸਾਡਾ ਮਈਆਂ ਵਾਲੇ ਦਾ ਮੈਚ ਖੇਰੀ ਚਾਰਾਂ ਦੇ ਨਾਲ ਵਾ ਸੈਦੋ ਤੇ ਮੋਰ ਕਲੱਬ ਫੁੱਲੇ ਵਾਲੀ ਟੀਮ ਦੇ ਦਰਮਿਆਨ ਮੈਚ ਹੋ ਰਿਹਾ। ਪੰਜ ਗ੍ਰਾਈਂ ਤੇ ਘੋੜੀ ਹੈ ਖੁਰਦ ਪੱਖਰਬੰਡ ਤੇ ਮਾਨਸਾ ਖੁਰਦ ਦੀਆਂ ਟੀਮਾਂ ਦਰਮਿਆਨ ਮੈਚ ਹੋਣਾ। ਆਹ ਮੈਚ ਵੀ ਝੋਟੇ ਦਾ ਇੱਕ ਪਾਸੇ ਧੁਪਾਲੀ ਹੈ ਧੁਪਾਲੀ ਵਾਲਾ ਹੱਥਾਂ ਚੋਂ ਨਿਕਲਦਾ ਹੀ ਹੁੰਦਾ ਹੈ। ਕਮੇਰੇ ਵੀ ਆਪਣੀ ਟੀਮ ਦੇ ਲਈ ਜੁੜਨਾ ਆਇਆ ਮੋਟਰਸਾਈਕਲ ਦਿੱਤਾ ਸੀ ਜੈਲੇ ਧੂਰਕੋਟ ਵਾਲੇ ਨੇ ਮੇਰੇ ਵੀਰ ਆਹ ਮੁੰਡਾ ਬਿੰਦਰੂ ਰੜ ਪਾ ਰਿਹਾ ਵੀ ਚੱਕ ਮੈਂ ਟੇਕਰ ਗੱਲ ਆਹ ਕਹਿੰਦੇ ਨੌਜਵਾਨ ਬਿੰਦਰੂ ਦੀ ਰੇਰਾ ਬਲਵੀਰ ਸਿੰਘ ਜੀ ਠੇਕੇਦਾਰ ਸਾਹਿਬ ਜੋਨੀ ਵੀਰ ਜਾਣਕਾਰੀ ਦੇ ਕੇ ਗਿਆ ਵੀ ਆਏ ਨੇ ਧੰਨਵਾਦ ਹੈ। ਆਹ ਕਹਿੰਦੇ ਬਿੰਦਰੂ ਦੀ ਰੇਰ ਪਾ ਰਹੀ ਹੈ ਦੂਜੇ ਬੰਨੇ ਧੁਪਾਲੀ ਵਾਲਾ ਸਿਕਸਰਦਾਰ ਹੁਣ ਕਰਦਾ ਟਰਾਈ ਮੈਚ ਚੋਟੀ ਦਾ ਆਹ ਵੇਖਾਂਗੇ ਸਵਾਦ ਕਿਹੜ ਕਬੱਡੀ ਦਾ ਭਾਰੀ ਦੀ ਟੀਮ ਦੀ ਤਰਫੋਂ ਖਾਣਾ ਤੇ ਮਾਰ ਬਾਬਾ ਆਹ ਝਲਕਲਾ ਵਾਲਾ ਅੰਬੂ ਵੀ ਆ ਗਿਆ। ਹੁਣ ਵੇਖਾਂਗੇ ਵੀ ਜੇਲੇ ਬਾਈ ਅੱਜ ਸਾਰੇ ਹੀ ਪੰਜਾਬ ਆ ਗਿਆ ਗੱਲਾਂ ਵੱਖੋ ਵੱਖਰੇ ਜ਼ਿਲ੍ਹੇ ਦੀਆਂ ਅੱਜ ਇਹਦੇ ਮੋਗੇ ਦੀ ਧਰਤੀ ਹੈ। ਆਹ ਪਈ ਗਈ ਕਬੱਡੀ ਤੇ ਪੁਆਇੰਟ 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 ਇਹ ਆ ਪ੍ਰਵਾਨ ਇਹ ਕਬੱਡੀ ਦਾ ਪ੍ਰਵਾਨ ਕਿੰਨੇ ਕੁ ਧੂਰਕੋਟ ਤੋਂ ਆਇਆ ਤਾੜੀ ਮਾਰ ਰਹੇ ਧੂਰਕੋਟ ਵੀ ਆਇਆ ਹੋਇਆ ਉਹ ਗੁਰਪ੍ਰੀਤ ਠੇਕਰੀ ਆ ਰਹੀ ਹੈ ਰੇਟ ਧੋਣ ਦੇ ਰੇਵਾ ਦਾ ਹੋਇਆ ਹੁਣ ਚਾਰ ਜੋਫੀ ਧੁਪਾਲੀ ਪਿੰਡ ਦੇ ਹੈ ਕਿਉਂ ਡੱਗਦਾ ਹਰਜੀਤ ਦਾ ਪਿੰਡ ਦਾ ਧੁਪਾਲੀ ਸਰਦਾਰ ਵੀ ਤਿਆਰਾ ਵੀ ਪੁਰਾਣਾ ਖਿਡਾਰੀ ਹੈ ਪਰ ਮੇਰੇ ਵੀਰ ਧੂਰਕੋਟੀਆਂ ਸਵਾਦ ਉਧਰ ਤਾਰਾ ਵੀ ਕਿਸਨਪੁਰੇ ਆਇਆ ਹੋਇਆ ਇੰਦਗੜੀ ਅੰਗਰੇਜ਼ ਵੀ ਆਏ ਹੋਏ ਬੜੇ ਧੰਨਵਾਦ ਹੈ ਜਿਹਨਾਂ ਦੀ ਕਬੱਡੀ ਦੇ ਬੁਲਾਰੇ ਆਏ ਹੈ। ਲੈ ਵੀ ਤਾਰੀ ਬਾਈ ਧੂਰਕੋਟੀਆ ਬਾਈ ਜੈਲਾ ਕਹਿੰਦਾ ਵੀ ਜਸਪਾਲ ਧਾਲੀਵਾਲ ਜੀ ਦੇ ਨਾਲ ਰੌਕੇ ਵਾਲਾ ਸਵਰਨਾ ਮਨਦੀਪ ਧਾਮੀ ਤੇ ਸਾਡੇ ਪ੍ਰਧਾਨ ਸਾਹਿਬ ਜੌਲੀ ਜੀ ਜਿਹੜਾ ਕੋਈ ਧੂਰਕੋਟੀਆ ਦਿਫਾ ਜਾਵੇ ਹੁਣ 500 ਦੇ ਵੱਡੇ ਮਾਣ ਖੋਣਗੇ 500 ਕਿਹੜਾ ਫਰਾਰੀ ਜੱਫਾ ਲਾਉਣਾ ਆਹੋ ਬੱਲੇ ਬੱਲੇ ਫੇਰ ਪਏ ਹੈ ਪਰ ਇੱਕ ਮੇਰੇ ਵੀਰੇ ਧੁਪਾਲੇ ਦਾ ਇੱਕ ਧੁਪਾਲੇ ਦੀ ਟੀਮ ਦਾ ਐਨ ਸਿਰੇ ਦਾ ਮੈਚ ਆ ਚਾਰ ਜੱਫੀ ਧੁਪਾਲੇ ਪਿੰਡ ਦੇ ਹੈ ਸਾਬਾ ਢਲ ਚੁੱਕੀ ਹੈ ਮੈਚ ਹੋਰ ਵੀ ਚੋਟੀ ਦੇ ਹੁੰਦੇ ਹੈ ਆਹ ਮੇਰੇ ਵੀਰੇ ਬੱਲੇ 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 ਟਿੱਕਰ ਸਰਦਾਰ ਦੇ ਨਾਲ ਪਹਿਲਾਂ ਵੀ ਵਕਤ ਪਾਏ ਆਓ ਆਓ ਧਰਤੇ ਧੂਰਕੋਟੀਆਂ ਨੂੰ ਚਾਹ ਨਾਲ ਬਿਸਕੁਟ
ਮੱਝਦੀਆਂ ਭਾਰੀ ਹੈ। ਇੱਕ ਪਾਸੇ ਕਹਿੰਦੇ ਢੋਲ ਢੋਲ ਹੈ, ਦੂਸਰੇ ਪਾਸੇ ਭਾਈ ਦੀ ਟੀਮ ਹੈ। ਮੁਕਾਬਲਾ ਦੋਵੇਂ ਟੀਮਾਂ ਦੇ ਦਰਮਿਆਨ ਸਖ਼ਤ ਹੈ। ਆਹੋ ਸਖ਼ਤ ਮੁਕਾਬਲਾ, ਖਿਡਾਰੀ ਬਾਹਰ ਕਿਲੋ ਦੇ ਵਿੱਚ ਵੀ ਧੁੱਪ ਪਾਈ ਹੈ। ਭਾਈ ਵਾਲਾ ਕੋਸ਼ਿਸ਼ ਕਰਨਾ ਹੈ ਪਰ ਗੁਰਪ੍ਰੀਤ ਬੜਾ ਤੇਜ਼ ਹੈ। ਕੱਟਣ ਵਾਲਾ ਮਾਲ ਟੀਮ ਹੈ, ਸਪੋਂਸਰ ਕੀਤੀ ਹੋਈ ਟੀਮ ਹੈ, ਮਾਹੌਲ ਨਾਭਾ ਤੇ ਦੌਲੀ ਕਹਿੰਦੇ
ਦੱਸਿਆ ਗਿਆ ਯਾਰ ਜੇ ਕੋਈ ਹੋਰ ਰਿਫਾ ਲਾਵੇਗਾ ਇੱਕ ਇੱਕ ਹਜ਼ਾਰ ਉਹ ਪੈ ਗਿਆ 5000 ਨੂੰ ਹੱਥ ਉਹ ਪੈ ਗਿਆ ਕਹਿੰਦੇ ਹੱਥ ਕਿਹਦੇ ਨਾਲ ਜੁੜ ਗਏ ਉਹ ਇੱਕ ਪਾਸੇ ਜੀਤਾ ਨੰਬਰਦਾਰ ਕੱਲਾ ਵਾਲਾ ਅੰਬੂ ਉਹ ਕੱਲਾ ਵਾਲਾ ਅੰਬੂ ਉਹ ਕੱਲਾ ਵਾਲਾ ਅੰਬੂ ਉਹ ਕੱਲਾ ਵਾਲਾ ਅੰਬੂ ਮੇਰੇ ਵੀਰੋ ਆਹ ਦੁਨੀਆਂ ਦੇ ਟੱਪਰਾਂ ਵੀ ਕਹਿੰਦੇ ਇਸ ਵੇਲੇ ਝੱਟ ਸਵਾਲ ਆ ਗਿਆ ਮੇਰੇ ਵੀਰੋ ਸਵਾਲ ਆ ਗਿਆ ਮੇਲਾ ਬਣ ਗਿਆ ਜੇਲੇ ਬਾਈ ਮੇਲਾ ਬਣ ਗਿਆ ਕਿਉਂਕਿ ਬੜਾ ਬਾਜ ਵੀ ਆ ਹੋਇਆ ਨਾਲ ਗੁੱਪ ਵੀ ਆ ਹੋਇਆ ਧੂਲ ਕੋਟੀਆਂ ਗੋਪੀ ਨੂੰ ਭਾਅ ਦੀ ਕੌਣ ਨੀ ਜਾਣਦਾ ਸਾਧੋ ਕੇ ਬਾਰੇ ਮੱਖਣ ਦੀ ਬਾਹਰੀ ਚੜਾਈ ਰਹੀ ਆ ਹੁਣ ਵੇਖਾਂਗੇ ਪਈ ਸੀ ਕਬੱਡੀ ਉਹ ਮੈਦਾਨ ਦੇ ਵਿੱਚ ਮੈਚ ਦੀ ਚੋਟੀ ਦਾ ਉਹ ਮੈਚ ਚੋਟੀ ਦਾ ਮੈਚ ਚੋਟੀ ਦਾ ਉਹ ਝਾਂਜਰਾ ਵਾਲਾ ਕਿੱਟਾ ਕੈਚ ਕੀਤਾ ਹੋਇਆ ਪੱਟੀ ਹੋਈ ਖੋਚਾ ਉਹ ਨਜ਼ਾਰਾ ਵੱਖਰਾ ਐਨ ਕਹਿੰਦੇ ਮੇਲਾ ਬਣ ਗਿਆ ਮੇਲਾ ਬਣ ਗਿਆ ਉਹ ਗਿੱਧੀ ਮਾਨ ਸਿੰਘ ਵਾਲੇ ਨੇ ਲਾ ਕੇ ਜੱਫਾ ਬੰਨੇ ਵਾਲੇ ਘੁਮਾ ਦਿੱਤੇ ਆ ਉਹ ਮਾੜਾ ਵਾਲਾ ਭੁਲਾ ਆਇਓ ਰੇਡ ਤੋੜ ਦੇ ਨਹੀਂ ਵਾਧਾ ਹੋਇਆ ਉਧਰ ਸੀਤਾ ਹਾਸ ਕਰਾ ਵਾਲਾ ਉਹਦੇ ਮੈਚਾਂ ਦਾ ਆਨੰਦ ਮਾ ਰਿਹਾ ਸਾਡਾ ਭਰਾ ਉਹ ਭਲਵਾਨ ਮਾੜਾ ਵਾਲਾ ਰੇਡ ਪਾ ਰਿਹਾ ਤੇ ਟੱਕਰ ਰਾਮ ਦੇ ਨਾਲ ਹੈ ਟੱਕਰ ਰਾਮ ਦੇ ਨਾਲ ਹੈ ਟੱਕਰ ਟੱਕਰ ਸਿਰੇ ਵੀ ਹੈ ਉਹ ਮਾੜਾ ਵਾਲਾ ਭਲਵਾਨ ਦਰਸ਼ ਵੀਰੋ ਨਜ਼ਾਰਾ ਹੈ ਤੇ ਲੜਕਾਰਾ ਵੱਡਾ ਸਿਰੇ ਹੈਰ ਦੁਨੀਆ ਖੁਸ਼ ਹੈ ਆਓ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਧੂੜ ਕੋਟੀਏ ਜੈਲੇ ਬਾਈ ਹੋਣਾ ਦਾ ਆਹ ਮਨਦੀਪ ਧਾਮੀ ਸੋਨੀ ਵਾਲ ਆਸਟ੍ਰੇਲੀਆ ਤੋਂ ਸਵਰਨੇ ਬਾਈ ਦਾ ਰੋਕਿਆ ਵਾਲ ਆਸਟ੍ਰੇਲੀਆ ਤੋਂ ਐਨ ਕਹਿੰਦੇ ਗੁਰਪ੍ਰੀਤ ਬਾਰੇ ਵਾਲੀ ਹੈ ਜੋਨੀ ਪ੍ਰਧਾਨ ਹੋਣਾ ਨੂੰ ਵੱਡੀ ਮੁਬਾਰਕ ਵਾਲਾ ਬਿੱਟੂ ਦੇ ਨਾਲ ਸੰਪਰਕ ਕਰ ਲਵੇ ਅਮਰੂ ਦਾ ਵੀ ਸਨਮਾਨ ਕਹਿੰਦੇ ਮੋਦੀ ਦਾ ਜਿਹਦਾ ਬਾਈ ਇਹ ਮੈਚ ਮੀਰਪੁਰ ਤੇ ਜਿਹੜੇ ਜਨੀਤਪੁਰਾ ਉਧਰ ਸਾਡੇ ਪ੍ਰਧਾਨ ਇੰਦਰਜੀਤ ਜੋਨੀ ਗਰਗ ਜੀ ਤੇ ਨਾਲ ਸਾਡੇ ਬਹੁਤ ਸਤਿਕਾਰਯੋਗ ਕਲੱਬ ਦੇ ਸਰਪ੍ਰਸਤ ਮੈਂਬਰ ਨੇ ਜਿਹੜੇ ਜੋਨੀ ਜੀ ਧੂੜ ਕੋਟੀਆ ਜੈਨਾ ਤੇ ਵਿਕਰਮਾ ਧਾਲੀਵਾਲ ਤੇ ਬਲਰਾਜ ਧਾਲੀਵਾਲ ਜੀਕੇ ਤੋਂ ਬੋਲੇ ਆ ਵਿਕਰਾਂਤ ਪੈਲਸੇ ਮੇਜਰ ਸਾਹਿਬ ਵੀ ਕਹਿੰਦੇ ਨਾਲ ਇੱਕ ਡੇਰੀ ਬਣਾ ਰਹੇ ਆ ਗੁਰਪ੍ਰੀਤ ਦੀਆਂ ਜ਼ਿੰਮੇਵਾਰੀਆਂ ਕਹਿੰਦੇ ਲੋਕ ਸਲਿਊਟ ਕਰਦੇ ਆ ਵੀ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਜਿਹੜੇ ਕੰਮ ਸਰਕਾਰਾਂ ਨੇ ਕਰਨ ਵਾਲੇ ਆ ਪਿੰਡਾਂ ਵਾਲੇ ਨੌਜਵਾਨ ਕਰ ਰਹੇ ਆ ਦਿਨ ਰਾਤ ਇੱਕ ਜੀਤਾ ਹੈ ਦਿਨ ਰਾਤ ਇੱਕ ਜੀਤਾ ਤਿੰਨ ਮਹੀਨਿਆਂ ਤੋਂ ਕਹਿੰਦੇ ਦਿਨ ਰਾਤ ਇੱਕ ਜੀਤਾ ਹੋਇਆ ਤੇ ਮਿਹਨਤ ਦਾ ਵੀ ਕਹਿੰਦੇ ਖੱਬੇ ਹੱਥ ਮੇਰ ਦੇ ਔਰ ਸੱਜੇ ਹੱਥ ਦੀ ਮੀਰਪੁਰ ਦੀ ਨਾਲ ਗੁਰਪ੍ਰੀਤ ਬਾਰੇ ਵਾਲੀ ਆ ਤੇ ਨਾਲ ਸਾਡਾ ਵੀ ਜੈਲਾ ਧੂੜਕੋਟ ਮਨਦੀਪ ਧਾਮੀ ਹੋਣਾ ਦੀ ਟੀਮ ਹੈ ਲੈ ਵੀ ਨੌਜਵਾਨਾਂ ਕਰੀ ਗੱਲ ਖੇਡ ਮੈਦਾਨ ਦੇ ਵਿੱਚ ਦਸਾਂ ਵਰਗ ਹੈ ਮੰਡੀ ਨਿਹਾਲ ਸਿੰਘ ਵੱਜਦਾ ਇਹ ਟੂਰਨਾਮੈਂਟ ਮੇਰੇ ਵੀਰੋ ਕਿਸੇ ਜਾਣ ਤੇ ਪਹਿਚਾਣ ਦਾ ਮੁਹਤਾਜ ਨਹੀਂ ਰਿਹਾ ਕਿਉਂਕਿ ਐਨ ਬਹੁਤ ਹੋਈ ਹੈ ਇਸ ਟੂਰਨਾਮੈਂਟ ਦੀ ਮੇਰੇ ਵੀਰੋ ਅੱਜ ਪੂਰੀ ਦੁਨੀਆ ਦੇ ਵਿੱਚ ਧੁੰਮ ਪਈ ਹੋਈ ਹੈ ਪਰ ਕਬੱਡੀ ਮੁੰਡਾ ਰਾਹੂ ਵਾਲੀ ਹੈ ਸ਼ੇਰਾ ਪਾ ਰਿਹਾ ਮੁੰਡਾ ਜਗਰਾਓ ਏਰੀਏ ਦਾ ਲੁਧਿਆਣੇ ਏਰੀਆ ਪੁਆਇੰਟ ਜਿਹੜਾ ਆਪਣੀ ਟੀਮ ਦੇ ਸਿਰ ਰੇਡ ਮੀਰਪੁਰੇ ਵਾਲਾ ਕਿਹੜਾ ਗੱਭਰੂ ਪਾਵੇਗਾ ਅੱਜ ਵੱਡੀਆਂ ਰੌਣਕਾਂ ਸਾਡੇ ਵੀਰ ਸਵਰਗਵਾਸੀ ਸਰਦਾਰ ਅਜਮੇਰ ਸਿੰਘ ਜੀ ਦਾ ਕੱਪ ਹੈ ਕਿ ਪੁੱਤਰਾਂ ਦੇ ਨਾਲ ਮਾਪੇ ਹੁੰਦੇ ਯਾਰ ਯਾਰਾਂ ਦੀਆਂ ਬਾਹਾਂ ਯਾਰਾਂ ਮਿਲਕੀ ਰੇਸ ਦਾ ਘੋੜਾ ਮੇਰੇ ਵੀਰੋ ਜਨੇਤਪੁਰੇ ਵਾਲਾ ਅੱਜ ਮਾਣ ਤੇ ਸਨਮਾਨ ਵੀ ਹੈ ਮੋਟਰਸਾਈਕਲ ਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ
ਪਰਨੇ ਬਾਈ ਰੋਕਿਆ ਵਾਲਿਆ ਤੇ ਕਿਹੜਾ ਮਨਦੀਪ ਧਾਮੀ ਵੀ ਪੁੱਜਣ ਵਾਲਾ ਆਹ ਕੈਂਤੀ ਵੱਜਦੀ ਖੇਡ ਮੈਦਾਨ ਦੇ ਵਿੱਚ ਤੇ ਪੁਆਇੰਟ ਜਨੇਤਪੁਰੇ ਦੀ ਟੀਮ ਨੇ ਜੁੜਦਾ ਹੋਇਆ ਜੋ ਵੀ ਫੈਸਲਾ ਉਹ ਅੰਤਮ ਤੇ ਆਖਰੀ ਫੈਸਲਾ ਹੋਊਗਾ ਸਾਰੇ ਖਿਡਾਰੀ ਸਾਡੇ ਵੀਰ ਕਿਸੇ ਵੀ